ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਇਹ ਕਹਾਵਤ ਉਸ ਵੇਲੇ ਸੱਚ ਹੁੰਦੀ ਨਜ਼ਰ ਆਈ ਜਦੋਂ ਕਸਬਾ ਧਿਆਨਪੁਰ ਦੇ ਵਿੱਚ ਦੀਕ ਪਿੰਡ ਰਊਵਾਲ ਦੇ ਰਹਿਣ ਵਾਲੇ ਛੋਟੇ ਦੱਕਾਂ ਦਾ ਸੁਲਵਿੰਦਰ ਕੁਮਾਰ ਦਾ ਵੱਡਾ ਇਨਾਮ ਨਿਕਲ ਆਇਆ। ਸੁਲਵਿੰਦਰ ਕੁਮਾਰ ਦਾ ਇਹ ਨਾਮ ਨਾਗਾਲੈਂਡ ਬੰਪਰ ਲੱਟ ਵਿੱਚ 2.5 ਕਰੋੜ ਰੁਪਏ ਦੀ ਰਕਮ ਦਾ ਨਾਮ ਨਿਕਲਿਆ ਹੈ ਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਉਹਦੇ ਹੀ ਨਾਮ ਵਿਜੇਤਾ ਸੁਲਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਮੈਂ ਆਪਣੇ 1991 ਤੋਂ ਲਾਟਰੀ ਖਰੀਦਦਾ ਆ ਰਿਹਾ ਹਾਂ, ਪਰ ਇਸ ਵਾਰ ਉਸਨੇ ਨਾਗਾਲੈਂਡ ਬੰਪਰ ਲਾਟਰੀ ਖਰੀਦ ਕੇ ਰੱਖੀ ਸੀ। ਉਹ ਆਪਣੇ ਪਰਿਵਾਰ ਨਾਲ ਮਨੀਕਰਨ ਘੁੰਮਣ ਗਿਆ ਸੀ ਤੇ ਜਦੋਂ ਵਾਪਸੀ ਆਉਂਦੇ ਸਮੇਂ ਪਠਾਨਕੋਟ ਤੋਂ ਲਾਟਰੀ ਦੀ ਟਿਕਟ ਖਰੀਦੀ ਅਤੇ ਜਦੋਂ ਇਨਾਮ ਨਿਕਲੇ ਦਾ ਸੂਚਨਾ ਮਿਲੀ ਉਹਦਾ 2.5 ਕਰੋੜ ਰੁਪਏ ਰਾਸ਼ੀ ਦਾ ਇਨਾਮ ਨਿਕਲਿਆ ਹੈ। ਉਸਨੇ ਕਿਹਾ ਕਿ ਇੰਨਾ ਵੱਡਾ ਨਾਮ ਲੱਗਣ ਕਾਰਨ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਇਲਾਕੇ ਵਿੱਚੋਂ ਵਧਾਈਆਂ ਮਿਲ ਰਹੀਆਂ ਹਨ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਸਰ ਮੈਂ ਮਨੀਕਰਨ ਗਿਆ ਤੇ ਮਨੀਕਰਨ ਨੂੰ ਮੱਥਾ ਟੇਕ ਕੇ ਤੇ ਮੈਂ ਮਾਤਾ ਜੀ ਮੇਰੇ ਆਂਦੇ ਬਾੜ ਸਾਹਿਬ ਜਾਣਾ। ਬਾੜ ਸਾਹਿਬ ਵਹੀ ਪਠਾਨਕੋਟ ਰੁਕੇ ਆ ਤੇ ਰਸਤੇ 1991 ਦੀ ਲਾਟਰੀਆਂ ਪਾਉਂਦੇ ਆ ਅਸੀਂ ਤੇ ਮਨ ਚ ਆ ਕੇ ਲਾਟਰੀ ਪਾਉਣੀ ਆ ਤੇ ਉੱਥੋਂ ਇੱਕ ਟਿਕਟ ਲੈ ਲਈ ਆ ਬਿੱਲਾ ਲਾਟਰੀ ਵਾਲੇ ਕੋਲ ਪਠਾਨਕੋਟ ਤੋਂ ਲੈ ਕੇ ਮੈਂ ਗੱਡੀ ਚੜਾ ਲਈ ਤੇ ਉਹ ਲਾਟਰੀ ਨਿਕਲ ਆਈ। ਮੈਸੇਜ ਇਹੋ ਜੇ ਪੈਸਾ ਰੱਬ ਨੇ ਦਿੱਤਾ ਤੇ ਚੰਗੇ ਥਾਂ ਤੇ ਲਾਵਾਂਗੇ, ਬੱਚਿਆਂ ਦੀ ਪੜ੍ਹਾਈ ਦੇ ਭਵਿੱਖ ਤੇ ਲਾਵਾਂਗੇ ਤੇ ਹੋਰ ਚੰਗੇ ਕੰਮ ਕਰਾਂਗੇ ਜੀ। ਸਭ ਕੁਝ ਉਹਨਾਂ ਦਾ ਹੀ ਹੈ ਜੀ, ਸਾਡਾ ਇੱਥੇ ਕੁਝ ਨੀ ਹੈ, ਸਭ ਕੁਝ ਬਾਬਾ ਲਾਲ ਜੀ ਦਾ ਹੀ ਹੈ। ਹਾਂਜੀ।